ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਕੇਂਦਰੀ ਸੁਧਾਰ ਘਰ ਵਿਖੇ ਕੈਦੀਆਂ ਨਾਲ ਮਨਾਇਆ ਗਿਆ, ਜਿਸ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੀ ਰਾਜੇਸ਼ ਬੱਗਾ, ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਬਾਬਾ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ 'ਤੇ ਸ਼੍ਰੀ ਬੱਗਾ ਅਤੇ ਉਹਨਾਂ ਨਾਲ ਆਏ ਪਤਵੰਤੇ ਸੱਜਣਾਂ ਨੂੰ ਜੇਲ੍ਹ ਸੁਪਰੀਟੈਂਡੈਂਟ ਆਰ ਕੇ ਸ਼ਰਮਾ ਵੱਲੋਂ ਸਿਰੋਪਾ ਭੇਂਟ ਕਰ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਪਹੁੰਚੇ ਕੇਂਦਰੀ ਜੇਲ੍ਹ ਦੇ ਕੈਦੀਆਂ ਅਤੇ ਹਵਾਲਾਤੀਆਂ ਨੇ ਆਏ ਹੋਏ ਬੁਲਾਰਿਆਂ ਦੇ ਵਿਚਾਰ ਸੁਣੇ। ਸ਼੍ਰੀ ਬੱਗਾ ਨੇ ਕਿਹਾ ਕਿ ਜੇਲ੍ਹ ਵਿੱਚ ਬੰਦ ਹਰ ਅਨੁਸੂਚਿਤ ਜਾਤੀ ਦੇ ਵਿਅਕਤੀ ਦੀ ਸੰਭਵ ਮਦਦ ਕੀਤੀ ਜਾਵੇਗੀ। ਅੰਮ੍ਰਿਤਸਰ ਦੇ ਵਿੱਚ ਜਿਹੜੇ ਜੇਲ੍ਹ ਦੇ ਵਿੱਚ ਜਿੰਨੇ ਵੀ ਸ਼ਡਿਊਲ ਕਾਸਟ ਲੋਕ ਰਹਿੰਦੇ ਆ ਉਹਨਾਂ ਦੇ ਨਾਲ ਰੱਖਿਆ ਗਿਆ ਅਤੇ ਉਹਨਾਂ ਦੇ ਅਧਿਕਾਰ ਕੀ ਆ, ਬਾਬਾ ਸਾਹਿਬ ਨੇ ਕੀ ਲੈ ਕੇ ਦਿੱਤੇ, ਐਸ ਸੀ ਕਮਿਸ਼ਨ ਵੱਲੋਂ ਅਸੀਂ ਉਹਨਾਂ ਦੀ ਕੀ ਸਹਿਯੋਗ ਕਰ ਸਕਦੇ ਹਾਂ, ਇਸ ਦੇ ਵਾਸਤੇ ਇੱਕ ਸੈਮੀਨਾਰ ਦੇ ਨਾਲ ਇੱਕ ਕਾਰਜਕ੍ਰਮ ਰੱਖਿਆ ਸੀ ਜਿਹੜਾ ਕਿ ਬਹੁਤ ਵਧੀਆ ਰਿਹਾ। ਬਹੁਤ ਸਾਰੀਆਂ ਗੱਲਾਂ ਦਾ ਮੈਨੂੰ ਜਾਣਕਾਰੀ ਵੀ ਹੋਈ ਆ ਜਿਹੜੀ ਸਰਕਾਰ ਤੱਕ ਅਸੀਂ ਭੇਜਾਂਗੇ, ਜਿੱਥੋਂ ਤੱਕ ਉਹਨਾਂ ਦੀ ਸ਼ਿਕਾਇਤਾਂ ਵੀ ਆ ਕਾਫੀ ਸੁਣੀਆਂ ਮੈਂ, ਅਤੇ ਉਹ ਵੀ ਅਸੀਂ ਸਰਕਾਰ ਨੂੰ ਕਹਾਂਗੇ ਵੀ ਤੁਰੰਤ ਹੱਲ ਕਰੇ। ਇਸ ਮੌਕੇ ਆਰ ਕੇ ਸ਼ਰਮਾ, ਸੁਪਰੀਟੈਂਡੈਂਟ ਜੇਲ੍ਹ ਦਿਲਜੀਤ ਸਿੰਘ ਪੱਟੀ, ਡਿਪਟੀ ਸੁਪਰੀਟੈਂਡੈਂਟ ਜੇਲ੍ਹ ਓਮ ਪ੍ਰਕਾਸ਼ ਗੱਬਰ, ਬਿਕਰਮਜੀਤ ਸਿੰਘ ਪੂਰੇਵਾਲ, ਤਹਿਸੀਲ ਭਲਾਈ ਅਫਸਰ ਅਤੇ ਕੌਂਸਲਰ ਬੀਬੀ ਦਲਬੀਰ ਕੌਰ ਆਦਿ ਹਾਜ਼ਰ ਸਨ। ਕੈਮਰਾਮੈਨ ਸੋਨੂ ਸੋਢੀ ਦੇ ਨਾਲ ਬਿਕਰਮ ਗਿੱਲ ਅਤੇ ਨਿਊਜ਼ ਡੈਸਕ ਤੋਂ ਗੌਰਵ ਮੈਣੀ ਦੇ ਨਾਲ ਖਬਰ ਹਰਪਲ.com ਅੰਮ੍ਰਿਤਸਰ।